ਇਹ ਬੱਚੀ ਹੈ ਜੋ ਅੰਦਰੋਂ ਦਰਵਾਜ਼ਾ ਤੋੜ ਕੇ ਕੱਢੀ ਗਈ ਹੈ। ਟੱਕਰ ਦੇ ਆ ਕੇ ਸੱਜੇ ਹੋ ਜਾ ਅੱਗੇ ਨਾ ਆਹ ਲੱਗਿਆ ਬੱਚਾ ਚੱਕੋ ਮੇਰਾ ਨਾਮ ਤਾਂ ਸੁਮਨ ਹੈ ਸਰ ਜੀ। ਇਹ ਮੇਰੀ ਲਗਤੀ ਮੇਰੇ ਸੇ ਛੋਟੀ ਬਹਿਨ ਥੀ ਇਹ ਸਿਰਫ 2 ਸਾਲ ਪਹਿਲੇ ਜਾ ਕੇ ਆਪਣੇ ਮਰਜ਼ੀ ਸੇ ਕਹੀਂ ਸ਼ਾਦੀ ਕਰ ਲਈ ਪਤਾ ਨਹੀਂ ਪਰ ਕਹਾਂ ਕਰੀ ਕਹਾਂ ਨਹੀਂ ਕਰੀ। ਉਸਕੇ ਬਾਅਦ ਇਹ 2 ਸਾਲ ਬਾਅਦ ਯਹਾਂ ਆਈ ਕਹਤੀ ਕਿ ਮੈਂ ਰਾਮਨਗਰ ਆਈ ਹੂੰ ਉਸਕੇ ਸ਼ਾਦੀ ਕੋਈ ਬਤਾਇਆ ਹੈ ਕਿ ਸ਼ਾਦੀ ਕਰਨ ਕੋ ਤਿਆਰ ਹੈ ਜੋ ਲੜਕਾ। ਮੈਂ ਬੋਲੀ ਚਲੋ ਕੋਈ ਬਾਤ ਨਹੀਂ ਬਾਤ ਕਰ ਲਾਂ ਬੱਚਾ ਕਿਸ ਕਾ ਹੈ ਕਿਸ ਕਾ ਨਹੀਂ ਹੈ ਮੇਰੇ ਕੋਲ ਚਲੋ ਕੋਈ ਬਤਾ ਦੇ ਹਾਂ ਹਮ ਪਤਾ ਕਰਾਂਗੇ ਕਰੀ ਕੋਈ ਪਤਾ ਨਹੀਂ ਹੈ ਮੇਰੇ ਕੋਲ ਪਤਾ ਵੀ ਨਹੀਂ ਹੈ ਘਰ ਮਿਲੇਗਾ ਵੀ ਨਹੀਂ ਮੇਰੇ ਕਿ ਬੰਦਾ ਕਹਾਂ ਕਿ ਪਤਾ ਨਹੀਂ ਬੰਦਾ ਮਰ ਗਿਆ ਜਾਂ ਫਿਰ ਨਿਕਾਲ ਦੀ ਘਰ ਸੇ ਕੋਈ ਮਰਾ ਬਤਾ ਰਹੀ ਤੀ ਕਿ ਮੇਰੇ ਘਰ ਵਾਲਾ ਮਰ ਗਿਆ ਵੋ। ਮੈਂ ਕਿ ਮਰ ਜਾਤਾ ਤਾਂ ਘਰ ਮੈਂ ਤਾਂ ਕੋਈ ਤਾਂ ਹੋਤਾ ਹੀ ਹੈ ਘਰ ਪਰਿਵਾਰ ਤਾਂ ਆਪਣੀ ਜ਼ਮੀਨ ਤਾਂ ਹੋਤਾ ਹੀ ਹੈ ਉਹ ਵੀ ਨਹੀਂ ਬਤਾਈ ਇਸਨੇ ਕਹਤੀ ਮੈਂ ਵਹਾਂ ਨਹੀਂ ਮੈਂ ਯਹਾਂ ਕਿਸੀ ਸੇ ਰਾਜੀ ਹੋ ਗਿਆ ਉਸਸੇ ਸ਼ਾਦੀ ਕਰੂੰਗੀ। ਮੈਂ ਚਲ ਠੀਕ ਹੈ ਉਹ ਵੀ ਅਪਣਾ ਰਿਹਾ ਥਾ ਲੜਕਾ ਮੈਂ ਚਲ ਠੀਕ ਹੈ ਸੰਡੇ ਕੋ ਆਏਗਾ ਤਾਂ ਮੈਂ ਬੈਠ ਕੇ ਬਾਤ ਕਰ ਲੂੰਗੀ। ਉਸਕਾ ਵੀ ਨਾਮ ਨਹੀਂ ਪਤਾ ਹੈ ਲੜਕਾ ਉਹ 5 ਨੰਬਰ ਗਲੀ ਬਤਾ ਗਿਆ ਤਾਂ ਉਹ ਫੋਟੋ ਵੀ ਦੇ ਕੇ ਗਿਆ ਥਾ ਆਪਣਾ ਫੋਟੋ ਖਿਚਵਾ ਕੇ ਮੈਂ ਕਿਹਾ ਚਲੋ ਸੰਡੇ ਕੋ ਛੁੱਟੀ ਰਹੇਗੀ ਆਪਣੇ ਗੱਲਬਾਤ ਬੈਠ ਕੇ ਕਰ ਲੇਂਗੇ 5 ਨੰਬਰ ਗਲੀ ਮੈਂ ਰਾਮਨਗਰ ਮੈਂ ਉਸਨੇ ਅਪਣਾਨੇ ਕੋ ਬੋਲਤਾ ਹੈ ਕਿ ਮੈਂ ਅਪਣਾ ਲੂੰਗਾ ਇਸਕੋ ਮੈਂ ਸ਼ਾਦੀ ਕਰ ਲੂੰਗਾ ਇਸਸੇ। ਮੈਂ ਚਲ ਭਾਈ ਤੂੰ ਕਰ ਲੇਗਾ ਤਾਂ ਅੱਛੀ ਬਾਤ ਹੈ ਕਹਿ ਰਿਹਾ ਮੈਂ ਲੜਕੀ ਕੋ ਵੀ ਮੇਰਾ ਅਪਣਾ ਲੂੰਗਾ ਆਪਣਾ ਨਾਮ ਦੂੰਗਾ ਮੈਂ। ਮੇਰੇ ਕੋ ਤਾਂ ਫੋਨ ਗਿਆ ਤਾਂ ਯਹਾਂ ਸੇ ਵਹਾਂ ਪਰ ਵਹਾਂ ਰਚਨਾ ਕੇ ਕਮਰਾ ਪਰ ਪਹੁੰਚੋ। ਮੈਂ ਬੋਲੀ ਮੈਂ ਤਾਂ ਰਚਨਾ ਡਰ ਗਈ ਰਚਨਾ ਤਾਂ ਕੁਛ ਨਹੀਂ ਕਰ ਲਈ ਟੈਨਸ਼ਨ ਸੇ ਤਾਂ ਮੈਂ ਰਚਨਾ ਕੋ ਫੋਨ ਕਰੀ ਤਾਂ ਰਚਨਾ ਤਾਂ ਕਰੀ ਮੈਂ ਕਾਮ ਪੇ ਹੂੰ ਤਾਂ ਇਸਨੇ ਕਰ ਲਈ ਮੇਰੇ ਮੈਂ ਤਾਂ ਸੋਚਾ ਨਹੀਂ ਤਾਂ ਇਹ ਐਸਾ ਕਰ ਲੇਗੀ ਕਿਆ ਕਵਿਤਾ ਹੈ ਇਹ ਤਾਂ ਆਪਣੀ ਮਰਜ਼ੀ ਸੇ ਸ਼ਾਦੀ ਕਰ ਲਈ ਜਾ ਕੇ ਕਹੀਂ ਕਿਸ ਕੀ ਬੱਚੀ ਹੈ ਕਿਸ ਕੀ ਨਹੀਂ ਹੈ ਜਿਸ ਕੀ ਹੋਤੀ ਪਰ ਪਤਾ ਲੱਗ ਜਾ ਉਸ ਕੋ ਤਾਂ ਬੱਚਾ ਸੌਂਪ ਦੇਤੇ ਬੱਚੀ ਤਾਂ ਠੀਕ ਹੈ ਬੱਚੀ ਤਾਂ ਠੀਕ ਹੈ ਵੋ ਫਿਰ ਵੀ ਉਸਕਾ 5-6 ਮਹੀਨੇ ਕੀ ਤਾਂ ਹੈ ਬੱਚੀ ਸੁਰੇਸ਼ ਕੁਮਾਰ ਹੈ। ਇਹ ਜਿਹੜੀ ਕੁੜੀ ਨਾਲ ਸੁਸਾਈਡ ਕੀਤਾ ਨਾ ਇਹ ਤਾਂ ਇੱਥੇ ਰਹਿੰਦੀ ਨਾ ਸੀ ਗੈਸਟ ਆਏ ਹੋਏ ਸੀਗੇ ਇਹਨਾਂ ਕੋਲ ਹਾਂ ਇੱਕ 2 ਦਿਨ ਤੋਂ ਦੱਸ ਰਹੇ ਤੇ 2 ਦਿਨ ਤੇ ਗੈਸਟ ਆਏ ਤੇ ਤਾਂ ਇਹਨਾਂ ਦਾ ਹੁਣੇ ਹੁਣੇ ਪਤਾ ਲੱਗਿਆ ਸੀ ਕਿ ਸਾਨੂੰ 7 ਵਜੇ ਤੋਂ ਪਹਿਲੇ ਪਹਿਲੇ ਬੱਚਿਆਂ ਨੇ ਰੌਲਾ ਪਾਇਆ ਤਾਂ ਸਾਨੂੰ ਪਤਾ ਲੱਗਿਆ ਤਾਂ ਹਾਂਜੀ ਸਭ ਕੁਝ ਪਰੂਫ ਇਹਨਾਂ ਦਾ ਹੈ ਜੋ ਪਹਿਲੇ ਮਕਾਨ ਮਾਲਕ ਜਿਹੜੇ ਰਹਿੰਦੇ ਨਾ ਇੱਥੇ ਉਹਨਾਂ ਦਾ ਸਾਰਾ ਕੁਝ ਸਾਡੇ ਕੋਲ ਆਧਾਰ ਕਾਰਡ ਹੈਗਾ ਤਾਂ ਪੁਲਿਸ ਨੂੰ ਦੇ ਦਿੱਤਾ ਅਸੀਂ ਹਾਂ ਸਰਪੰਚ ਹਾਂ ਪਤਾ ਲੱਗਿਆ ਨਾ ਸਾਨੂੰ ਅਸੀਂ ਸਰਪੰਚ ਸਾਹਿਬ ਨੂੰ ਅਤੇ ਪੰਚ ਸਾਹਿਬ ਨੂੰ ਨਾਲੇ ਫੋਨ ਕੀਤਾ ਤਾਂ ਉਸੇ ਵੇਲੇ ਉਸੇ ਵਕਤ ਇਹ 10 ਮਿੰਟਾਂ 'ਚ ਪਹੁੰਚ ਗਏ ਤਾਂ ਜੋ ਵੀ ਇਹਨਾਂ ਨੇ ਅੱਗੇ ਵੀ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੂੰ ਇਨਫੋਰਮ ਕਰਕੇ ਤਾਂ ਆ ਕੇ ਜੋ ਵੀ ਕੰਮ ਕੀਤਾ ਪੁਲਿਸ ਨੇ। ਮੇਰਾ ਨਾਂ ਜੀ ਸਰਪੰਚ ਜੱਗਾ ਸਿੰਘ ਮੁੰਡੀਆਂ ਟਿੱਬਾ ਜੀ ਮੇਰੀ ਵਾਈਫ ਸਰਪੰਚ ਹੈ। ਮੈਟਰ ਸਰ ਮੈਨੂੰ ਨਾ 7 ਵਜੇ ਫੋਨ ਗਿਆ ਸੀਗਾ ਇਹ ਮਕਾਨ ਮਾਲਕਾਂ ਦਾ ਕਿ ਸਾਡੇ ਉੱਧਰ ਵਿਹੜੇ 'ਚ ਵੀ ਕਿਸੇ ਲੜਕੀ ਨੇ ਸੁਸਾਈਡ ਕਰ ਲਿਆ ਵੀ ਸਰਪੰਚ ਸਾਹਿਬ ਜਲਦੀ ਆਓ। ਮੈਂ 7:10 'ਤੇ ਇੱਥੇ ਪਹੁੰਚ ਗਿਆ ਤਾਂ ਮੈਂ ਆ ਕੇ ਦੇਖਿਆ ਸਰ ਤਾਂ ਤਾਕੀ ਰਾਹੀਂ ਦੇਖਿਆ ਤਾਂ ਉਹ ਲੜਕੀ ਨੇ ਸੁਸਾਈਡ ਕਰਿਆ ਸੀ ਲੰਮਕ ਰਹੀ ਸੀ ਫਾਹ ਲੈ ਲਿਆ ਸੀਗਾ ਅਤੇ ਇੱਕੋ ਦੀ ਬੱਚੀ ਸੀਗੀ ਉਹ ਬੱਚੀ ਉਹਦੀ ਮੰਜੇ ਦੇ ਥੱਲੇ ਸੀਗੀ ਅਤੇ ਸੋ ਅਸੀਂ ਪੁਲਿਸ ਨੂੰ ਫੋਨ ਕਰਿਆ ਉਹ ਮੁਲਾਜ਼ਮ ਆਉਣ ਤੋਂ ਬਾਅਦ ਅੰਦਰੋਂ ਕੁੰਡੀ ਲੱਗੀ ਹੋਈ ਸੀਗੀ ਅਤੇ ਅਸੀਂ ਫਿਰ ਉਹ ਕੁੰਡੀ ਤੋੜ ਕੇ ਦੀ ਤਾਂ ਜਦੋਂ ਅਸੀਂ ਲੱਤ ਮਾਰੀ ਤਾਂ ਬੱਚੀ ਰੋਣ ਲੱਗ ਗਈ
ਤਾਂ ਅਸੀਂ ਫਟਾਫਟ ਬੱਚੀ ਪਹਿਲਾਂ ਚੱਕੀ, ਉਹਨੂੰ ਪਾਣੀ ਪੂਣੀ ਪਿਲਾਇਆ, ਅਤੇ ਫਿਰ ਬਾਅਦ 'ਚ ਇਹਨੂੰ ਦੇਖਿਆ ਤਾਂ ਖਤਮ ਸੀਗੀ ਕੁੜੀ। ਤਾਂ ਉਹਨੂੰ ਫਾਇਦ ਤੋਂ ਲਾਇਆ, ਤਾਂ ਉਹਦਾ ਮੈਟਰ ਇਹ ਸੀਗਾ ਸਰ, ਉਹਨੇ ਨਾ ਕਿਤੇ ਆਪਣੇ ਮਾਂ ਬਾਪ ਤੋਂ ਬਾਹਰੇ ਹੋ ਕੇ, ਪ੍ਰਵਾਸੀ ਹੈਗੇ ਨੇ ਇਹ, ਕਿਰਾਏ 'ਤੇ ਰਹਿੰਦੇ ਆ, 5-7 ਸਾਲ ਤੋਂ ਸਾਡੇ ਪਿੰਡ 'ਚ ਰਹਿੰਦੇ ਆ, ਅਤੇ ਆਪਣੇ ਮਾਂ ਬਾਪ ਤੋਂ ਬਾਹਰੇ ਹੋ ਕੇ ਇਹਨੇ ਕਿਸੇ ਮੁੰਡੇ ਨਾਲ ਲਵ ਮੈਰਿਜ ਕਰਾ ਲਈ ਸੀਗੀ, ਉਹਦੀ ਬੱਚੀ ਵੀ ਆ ਇਹ, ਅਤੇ ਇਸ ਕਰਕੇ ਆਪਣੀ ਸਿਸਟਰ ਕੋਲ 2 ਦਿਨ ਤੋਂ ਆਈ ਹੋਈ ਸੀਗੀ, ਜਿਹਦਾ ਨਾਂ ਰਚਨਾ ਆ, ਅਤੇ ਡੈਡੀ ਇਹਦਾ ਇਸ ਟਾਈਮ ਯੂਪੀ ਪਿੰਡ ਗਿਆ ਹੋਇਆ। ਸੋ ਸਾਨੂੰ ਪਤਾ ਲੱਗਾ ਤਾਂ ਆ ਕੇ, ਸਾਡਾ ਜੋ ਫਰਜ਼ ਸੀਗਾ ਅਸੀਂ ਪੂਰਾ ਕਰਿਆ। ਨਹੀਂ ਨਹੀਂ ਸਰ, ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਬਿਲਕੁਲ ਅਨਪੜ੍ਹ ਦੱਸਦੇ ਹੈ ਵੀ ਅਨਪੜ੍ਹ ਸੀਗੀ, ਅਤੇ ਦੂਜਾ ਉਹਦਾ ਆਧਾਰ ਕਾਰਡ ਮਿਲ ਗਿਆ, ਅਤੇ ਉਹਦਾ ਜੋ ਜਨਮ ਦਾ ਹੈਗਾ ਸੀ ਉਹ ਮਿਲ ਗਿਆ, ਉਹ ਅਸੀਂ ਪੁਲਿਸ ਨੂੰ ਦੇ ਤਿਆ ਨਾਲ ਵੀ ਇਨਕੁਆਇਰੀ ਕਰ ਲਓ, ਅਤੇ ਕਿਸੇ ਦਾ ਜੋ ਲੜਕੇ ਦਾ ਨੰਬਰ ਸੀਗਾ ਉਹਦੇ ਫੋਨ 'ਚ ਉਹ ਵੀ ਦੇਤਾ ਅਸੀਂ ਵੀ ਇਹਦੇ ਨਾਲ ਸੰਪਰਕ ਕਰ ਲਓ। ਬਾਕੀ ਸਰ ਅਸੀਂ ਇੱਥੋਂ ਹੁਣ ਇਹ ਸਿਵਲ ਹਸਪਤਾਲ ਮੋਰਚੇ ਨਹੀਂ ਭੇਜਤਾ ਆ, ਇਹਦੇ ਡੈਡੀ ਕੱਲ੍ਹ ਤੱਕ ਪਹੁੰਚ ਜਾਣਗੇ, ਉਹ ਤੋਂ ਬਾਅਦ ਜੋ ਪਰਿਵਾਰ ਜਿਵੇਂ ਕਹੇਗਾ ਉਵੇਂ ਅਸੀਂ ਨਾਲ ਸਹਿਮਤ ਹੋਵਾਂਗੇ ਸਰ। ਆਪਣੇ ਨਾ ਸੰਗੀਤਾ ਨਾਂ ਦੀ ਲੜਕੀ ਹੈ ਜਿਹੜੀ, ਆਪਣੀ ਸਿਸਟਰ ਇੱਥੇ ਇਹਨਾਂ ਦੀ ਰਚਨਾ ਰਹਿ ਰਹੀ ਆ, ਫਾਦਰ ਰਹਿ ਰਹੇ ਆ ਤੁਲਾ ਰਾਮ, ਇੱਥੇ ਕਿਰਾਏ ਦਿੱਤੇ ਮੁੰਡੇ ਟਿੱਬਾ। ਇਹ 2 ਕੁ ਦਿਨਾਂ ਤੋਂ ਇਹਨਾਂ ਕੋਲ ਆਈ ਹੋਈ ਸੀਗੀ, ਪਹਿਲਾਂ ਇਹ ਆਲਰੇਡੀ ਮਤਲਬ ਜਿਹੜੀ ਇਹ ਡਿਵੋਰਸੀ ਆ, ਡਿਵੋਰਸ ਤਾਂ ਨਹੀਂ ਹੋਇਆ ਮਤਲਬ, ਉੱਦਾਂ ਹੀ ਲਿਵ ਇਨ ਰਿਲੇਸ਼ਨ ਦੇ ਵਿੱਚ ਇੱਥੇ ਰਾਮਨਗਰ ਰਹਿ ਰਹੀ ਹੈ ਆਪਣਾ ਕੋਈ ਲੜਕਾ, ਉਹਦਾ ਨਾਮ ਕਲੀਅਰ ਆਪਾਂ ਕਰ ਰਹੇ ਹਾਂ ਵੈਰੀਫਾਈ, ਜਿਹਦੇ ਨਾਲ ਰਹਿ ਰਹੀ ਆ, ਅਤੇ 2 ਦਿਨਾਂ ਲਈ ਇੱਥੇ ਆਪਣੇ ਆਈ ਹੋਈ ਸੀਗੀ। ਇਹਦੀ ਉਮਰ ਤੋਂ ਹੈਗੀ ਆ 26 ਸਾਲ ਦੀ ਉਮਰ ਹੈਗੀ ਹੈ, 25-26 ਸਾਲ। ਇੱਕ ਇਹਦਾ ਬੱਚਾ ਸੀਗਾ ਅੰਦਰ, ਮਤਲਬ ਲੋਕ ਅੰਦਰੋਂ ਲਾਇਆ ਹੋਇਆ ਸੀਗਾ, ਇੱਕ ਬੱਚਾ ਸੀ, 1 ਸਾਲ ਦੀ ਗੁੜੀਆ ਲੱਗ ਉਹ ਨਾਲ ਸੀਗੀ, ਚਲੋ ਉਹਨੂੰ ਕੁਛ ਨਹੀਂ ਹੋਇਆ, ਠੀਕ ਹੈ ਬਿਲਕੁਲ। ਅਤੇ ਬਾਕੀ ਪੜਤਾਲ ਕਰ ਰਹੇ ਹਾਂ, ਵੈਰੀਫਾਈ ਕਰ ਰਹੇ ਹਾਂ, ਇਨਵੈਸਟੀਗੇਸ਼ਨ 'ਚ ਵੀ ਆਏਗਾ। ਮਕਾਨ ਮਾਲਕਾਂ ਨੇ ਪਰੂਫ ਜਿਹੜੇ ਆਲਰੇਡੀ ਪਹਿਲਾਂ ਲਏ ਹੋਏ ਇਹਨਾਂ ਦੇ, ਜਿਹੜੇ ਲੜਕੀ ਦੇ ਫਾਦਰ ਅਤੇ ਮਤਲਬ ਸਿਸਟਰ ਰਹਿ ਰਹੀ ਇੱਥੇ, ਉਹਨਾਂ ਦੇ ਆਲਰੇਡੀ ਪਰੂਫ ਲਏ ਹੋਏ ਆ। ਉਹ 2 ਦਿਨ ਲਈ ਇਹਨਾਂ ਕੋਲ ਗੈਸਟ ਮਤਲਬ ਐਜ ਆ ਗੈਸਟ ਆਈ ਹੋਈ ਸਿਸਟਰ।